ਪੰਜਾਬ ਦੇ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਤੇ ਇਸੇ ਵਿਚਕਾਰ ਪਿੰਡਾਂ ਦੇ ਵਿੱਚ ਹੁਣ ਤਕਰਾਰ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਕਿ ਦੋ ਸਰਪੰਚੀ ਦੇ ਉਮੀਦਵਾਰ ਆਮੋ ਸਾਹਮਣੇ ਹੋਏ ਨੇ। ਇੱਕ ਦੂਜੇ ਦੇ ਉੱਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਕਈ ਲੋਕ ਜ਼ਖਮੀ ਹੋਏ ਨੇ ਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਦੱਸ ਦਈਏ ਕਿ ਇੱਕ ਧਿਰ ਦਾ ਕਹਿਣਾ ਹੈ ਕਿ ਜਿਵੇਂ ਹੀ ਉਹ ਆਪਣੇ ਪਿੰਡ ਦੇ ਵਿੱਚ ਡੋਰ ਟੂ ਡੋਰ ਚੋਣ ਪ੍ਰਚਾਰ ਕਰ ਰਹੇ ਸੀ, ਘਰ ਘਰ ਜਾ ਕੇ ਵੋਟਾਂ ਮੰਗ ਰਹੇ ਸੀ, ਤਾਂ ਦੂਸਰੀ ਸਰਪੰਚ ਜੋ ਉਮੀਦਵਾਰ ਹੈ ਉਸਦੀ ਧਿਰ ਦੇ ਵਿਅਕਤੀਆਂ ਨੇ ਆ ਕੇ ਉਹਨਾਂ 'ਤੇ ਹਮਲਾ ਕਰ ਦਿੱਤਾ ਅਤੇ ਉਹਨਾਂ ਨੂੰ ਗੰਭੀਰ ਰੂਪ ਨਾਲ ਜ਼ਖਮੀ ਕੀਤਾ, ਜਿਸ ਤੋਂ ਬਾਅਦ ਉਹ ਖੁਦ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਹੁੰਚੇ ਨੇ। ਅਤੇ ਇਸ ਨੂੰ ਲੈ ਕੇ ਜਦੋਂ ਦੂਜੇ ਸਰਪੰਚੀ ਦੇ ਉਮੀਦਵਾਰ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਜਿਸ ਵਿਅਕਤੀ ਦੇ ਉੱਤੇ ਹਮਲਾ ਹੋਇਆ, ਜੋ ਸਾਡੇ 'ਤੇ ਇਲਜ਼ਾਮ ਲਾ ਰਿਹਾ, ਉਹ ਕਿਸੇ ਦੇ ਘਰ ਦੇ ਵਿੱਚ ਜ਼ਬਰਦਸਤੀ ਵੜਿਆ ਅਤੇ ਲੋਕਾਂ ਨੂੰ ਡਰਾਉਂਦਾ ਧਮਕਾਉਂਦਾ ਨਜ਼ਰ ਆਇਆ ਕਿ ਜੇਕਰ ਵੋਟਾਂ ਉਸ ਨੂੰ ਨਾ ਪਾਈਆਂ ਤਾਂ ਇਸ ਦਾ ਅੰਜਾਮ ਜੋ ਹੈ ਬਹੁਤ ਖਤਰਨਾਕ ਹੋ ਸਕਦਾ ਹੈ। ਤਾਂ ਇਸ ਨੂੰ ਲੈ ਕੇ ਉਸਦੇ ਵੱਲੋਂ ਵੀ ਇਲਜ਼ਾਮ ਲਗਾਏ ਗਏ ਨੇ ਅਤੇ ਦੋਵੇਂ ਧਿਰਾਂ ਹੁਣ ਇੱਕ ਦੂਜੇ ਦੇ ਉੱਤੇ ਕਾਫੀ ਗੰਭੀਰ ਇਲਜ਼ਾਮ ਲਾ ਰਹੀਆਂ ਨੇ ਅਤੇ ਹੁਣ ਮੌਕੇ 'ਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਦੋਂ ਸਰਪੰਚੀ ਦੇ ਦੋ ਉਮੀਦਵਾਰ ਆਮੋ ਸਾਹਮਣੇ ਹੋਏ ਨੇ, ਇੱਕ ਦੂਜੇ ਦੇ ਉੱਤੇ ਕਾਫੀ ਗੰਭੀਰ ਇਲਜ਼ਾਮ ਲਗਾਏ ਗਏ ਨੇ। ਮੈਂ ਜੀ ਇੱਥੇ ਮੇਰੇ 'ਤੇ ਹੁਣ ਇੱਕ ਕਾਤਿਲਾਨਾ ਹਮਲਾ ਹੋਇਆ। ਅੱਛਾ, ਕਿਹੜੀ ਜਗ੍ਹਾ? ਪ੍ਰੀਤਮ ਵਿਹਾਰ। ਅੱਛਾ, ਪ੍ਰੀਤਮ ਵਿਹਾਰ ਕੀ ਹੋਇਆ, ਕਿਉਂ ਮੈਂ ਜੀ ਉੱਥੋਂ ਸ਼ਾਂਤੀ ਵਿਹਾਰ ਪੰਚਾਇਤ ਤੋਂ ਕੈਂਡੀਡੇਟ ਹਾਂ। ਅੱਛਾ ਜੀ। ਅਤੇ ਮੇਰਾ ਚੋਣ ਨਿਸ਼ਾਨ ਵੀ ਮਾਈਕ ਹੈ, ਮੈਂ ਆਪਣੇ ਸਾਥੀਆਂ ਦੇ ਨਾਲ ਉੱਥੇ ਪ੍ਰਚਾਰ ਕਰ ਰਿਹਾ ਸੀਗਾ, ਵੋਟਾਂ ਮੰਗ ਰਿਹਾ ਸੀਗਾ ਘਰ ਘਰ। ਸਰਪੰਚੀ ਦੇ? ਸਰਪੰਚੀ ਦੇ। ਅੱਛਾ। ਅਤੇ ਉੱਥੇ ਉਸੇ ਟਾਈਮ ਦਰਸ਼ਨ ਸਿੰਘ ਮਾਲਾ ਨੇ ਆਪਣਾ ਘੱਟੋ ਘੱਟ 100 ਬੰਦਾ ਨਾਲ ਲਿਆ ਕੇ ਮੇਰੇ 'ਤੇ ਅਟੈਕ ਕਰਤਾ। ਕਾਰਨ? ਕਹਿੰਦਾ ਤੂੰ ਵੋਟਾਂ ਕਿਉਂ ਮੰਗ ਰਿਹਾ, ਤੂੰ ਮੇਰੇ ਸਾਹਮਣੇ ਇਲੈਕਸ਼ਨ 'ਚ ਖੜ੍ਹਾ ਕਿਉਂ ਹੋਇਆ? ਠੀਕ ਹੈ। 10 ਸਾਲ ਤੋਂ ਮੈਂ ਮੇਰੇ ਸਾਹਮਣੇ ਖੜ੍ਹਾ ਨਹੀਂ ਹੋਣ ਵਾਲਾ ਕੋਈ ਇੱਥੇ ਜੰਮਿਆ, ਇਲੈਕਸ਼ਨ ਮੈਂ ਜਿੱਤ ਜਾਂਦਾ ਸੀ ਸਿੱਧੇ ਸਿੱਧੇ, ਹੁਣ ਤੇਰੇ ਕਰਕੇ ਕਹਿੰਦਾ ਮੈਨੂੰ ਪਰੇਸ਼ਾਨੀ ਹੋ ਰਹੀ ਹੈ, ਤੈਨੂੰ ਮੈਂ ਛੱਡਣਾ ਹੀ ਅੱਜ ਮਾਰ ਦੇਣਾ, ਤੇਰਾ ਕੰਮ ਹੀ ਮੁਕਾ ਦੇਣਾ ਹੈਗਾ। ਠੀਕ ਹੈ। ਅਤੇ ਇਹ ਭਾਅ ਜੀ ਤੁਸੀਂ ਪਹਿਲੀ ਵਾਰੀ ਖੜ੍ਹੇ ਹੋ? ਮੈਂ ਪਹਿਲੀ ਵਾਰੀ ਇਲੈਕਸ਼ਨ ਲੜ ਰਿਹਾ ਜੀ ਉੱਥੋਂ। ਅੱਛਾ। ਅਤੇ ਕਾਰੋਬਾਰ ਕਾਹਦਾ ਤੁਹਾਡਾ? ਮੇਰਾ ਜੀ ਪ੍ਰੋਪਰਟੀ ਦਾ ਕਾਰੋਬਾਰ ਹੈ ਆਪਣਾ। ਜਿਹਨੇ ਹਮਲਾ ਕੀਤਾ ਉਹ ਕਿਹੜੀ ਪਾਰਟੀ ਦਾ ਜੀ? ਹਾਂਜੀ, ਜਿਹਨੇ ਹਮਲਾ ਕੀਤਾ ਉਹ ਕਿਹੜੀ ਪਾਰਟੀ ਤੋਂ? ਉਹ ਆਮ ਆਦਮੀ ਪਾਰਟੀ ਤੋਂ। ਆਮ ਆਦਮੀ ਪਾਰਟੀ ਤੋਂ? ਪਹਿਲਾਂ ਵੀ 10 ਸਾਲ ਜਿਹੜੇ ਰਹੇ, ਕਿਹੜੀ ਪਾਰਟੀ ਤੋਂ ਰਹੇ? ਪਹਿਲੇ ਕਾਂਗਰਸ ਵਿੱਚ ਸੀ। ਅੱਛਾ। ਜਦੋਂ ਸਰਕਾਰ ਬਣ ਗਈ ਸੀ ਆਮ ਆਦਮੀ ਪਾਰਟੀ ਦੀ, ਉਦੋਂ ਡਾਈ ਮਾਰ ਕੇ ਇੱਧਰ ਆ ਗਿਆ। ਅੱਛਾ। ਅਤੇ ਇਹ ਕਿੰਨੇ ਵਜੇ ਦੀ ਘਟਨਾ ਸਰ? ਇਹ ਜੀ ਤਕਰੀਬਨ 8:30-9 ਵਜੇ ਦੀ ਗੱਲ। ਮੇਰੇ ਹਥਿਆਰ ਸੀਗੇ ਜੀ ਉਹਨਾਂ ਕੋਲ, 3 ਬੰਦਿਆਂ ਕੋਲ ਹਥਿਆਰ ਸੀਗੇ। ਕਿੰਨੇ ਜਣੇ ਜ਼ਖਮੀ ਹੋਏ ਤੁਹਾਡੇ? ਇੱਕ ਮੈਂ ਹੋਇਆ ਜੀ, ਇੱਕ ਹੋਰ ਦਿਲਮਾਗ ਮਸੀਹ ਉਹ ਵੀ ਜ਼ਖਮੀ ਹੋਇਆ, ਉਹ ਵੀ ਆ ਰਿਹਾ ਹੋਸਪਿਟਲ ਤੋਂ। 2-3 ਜਣੇ ਪ੍ਰਚਾਰ ਕਰ ਰਹੇ ਸੀ ਜਾਂ ਜ਼ਿਆਦਾ ਸੀ? ਨਹੀਂ, ਅਸੀਂ ਸੀਗੇ 8-10 ਬੰਦੇ ਸੀਗੇ। ਅੱਛਾ, ਕੋਈ ਵੀਡੀਓ ਵੀਡੀਓ ਹੋਊਗੀ ਮੁੱਖ ਦੀ? ਵੀਡੀਓ ਉੱਥੇ ਜੀ ਇੱਕਦਮ ਘੇਰਾ ਪਾ ਲਿਆ ਉਹਨਾਂ ਨੇ। ਠੀਕ ਹੈ। 25 ਬੰਦੇ ਇੱਧਰੋਂ, 20 ਇੱਧਰੋਂ, 100 ਬੰਦਾ ਸੀ ਘੱਟੋ ਘੱਟ ਉਹਨਾਂ ਦੇ ਨਾਲ। ਠੀਕ ਹੈ। ਅਤੇ ਕਿਹੜੀ ਚੀਜ਼ਾਂ ਨਾਲ ਹਮਲਾ ਕੀਤਾ? ਹਥਿਆਰ ਸੀਗੇ ਜੀ ਉਹਨਾਂ ਕੋਲ, 3-4 ਬੰਦਿਆਂ ਕੋਲ ਹਥਿਆਰ ਸੀਗੇ, ਉਹ ਮਾਰੇ ਉਹਨਾਂ ਨੇ ਸਿਰ 'ਚ ਮੇਰੇ। ਪਿਸਟਲ ਪੁਸਟਲ ਵਗੈਰਾ ਤੁਸੀਂ ਗੋਲੀ ਗੋਲੀ ਵੀ? ਨਹੀਂ, ਗੋਲੀ ਨਹੀਂ ਚੱਲੀ ਹੈਗੀ, ਹਥਿਆਰ ਸੀਗੇ ਉਹਨਾਂ ਕੋਲ, ਤੇਜ਼ ਤਾਰ ਹਥਿਆਰ ਸੀਗੇ ਕੋਈ। ਅੱਛਾ, ਹਥਿਆਰਾਂ ਨਾਲ ਹਮਲਾ ਕੀਤਾ? ਹਾਂ, ਹਥਿਆਰਾਂ ਨਾਲ ਹਮਲਾ ਕੀਤਾ ਉਹਨਾਂ ਨੇ, ਹਥਿਆਰ ਸਿਰ 'ਚ ਮਾਰੇ ਮੇਰੇ, ਪਿੱਠ 'ਤੇ ਮਾਰੇ, ਉਹਨੇ ਪਿੱਠ 'ਤੇ ਵੀ ਬਹੁਤ ਜ਼ਿਆਦਾ ਸੱਟ ਲੱਗੀ ਹੋਈ ਹੈ। ਕੀ ਮੰਗ ਕਰਦੇ? ਮੈਂ ਇਨਸਾਫ ਦੀ ਮੰਗ ਕਰਦਾ ਜੀ ਕਿ ਇਲੈਕਸ਼ਨ ਲੜਨਾ ਗੁਨਾਹ, ਮੈਂ ਪਹਿਲੀ ਵਾਰੀ ਉੱਥੋਂ ਇਲੈਕਸ਼ਨ ਲੜ ਰਿਹਾ ਸੀਗਾ, ਮੈਨੂੰ ਲੋਕਾਂ ਵੱਲੋਂ ਰਿਸਪੋਂਸ ਵੀ ਬੜਾ ਵਧੀਆ ਮਿਲ ਰਿਹਾ ਸੀਗਾ, ਬਸ ਉਹਨੂੰ ਹਾਰ ਨਹੀਂ ਬਰਦਾਸ਼ਤ ਹੋ ਰਹੀ, ਉਹਨੂੰ ਆਪਣੀ ਹਾਰ ਦਿਖ ਰਹੀ ਹੈ, ਉਹ ਉਸ ਕਰਕੇ ਉਹ ਬੁਖਲਾਇਆ ਹੋਇਆ, ਉਹਨੇ ਆ ਕੇ ਆਪਣੇ ਸਾਥੀਆਂ ਦੇ ਨਾਲ ਮੇਰੇ 'ਤੇ ਹਮਲਾ ਕਰਤਾ। ਠੀਕ। ਦਰਸ਼ਨ ਸਿੰਘ ਮਾਲਾ ਨੇ, ਉਹਦੇ ਨਾਲ ਮੋਨੂ ਗੁੱਜਰ ਸੀ, ਸ਼ੰਮਾ ਸੀ ਅਤੇ ਹੋਰ ਵੀ ਕਈ ਬੰਦੇ ਸੀਗੇ, ਸਨੀ ਕਪੂਰ ਸੀ। ਠੀਕ ਹੈ। ਪਿੰਡ ਦੇ ਬੰਦੇ ਨੇ ਉੱਥੇ? ਨਹੀਂ, ਬਾਹਰ ਦੇ ਵੀ ਹੈ ਜੀ, ਵਿੱਚ ਬਾਹਰ ਦੇ ਵੀ ਬੰਦੇ ਲੈ ਕੇ ਆਇਆ। ਠੀਕ ਹੈ। ਅਤੇ ਮਤਲਬ ਲੱਗਦਾ ਵੀ ਅੱਗੋਂ ਤੁਹਾਡੇ 'ਤੇ ਅਟੈਕ ਹੋਣ ਦਾ ਡਰ ਹੈ? ਬਿਲਕੁਲ ਡਰ, ਅੱਜ ਹੀ ਬਚ ਗਿਆ ਮੈਂ ਉੱਥੋਂ, ਬੜੀ ਮੁਸ਼ਕਿਲ ਅਸੀਂ ਬਚਾ ਕਰਕੇ ਆਪਣਾ ਸਾਈਡ 'ਤੇ ਹੋ ਕੇ ਬਚ ਭੱਜੇ ਹਾਂ ਉੱਥੋਂ, ਨਹੀਂ ਤਾਂ ਅੱਜ ਉਹਨਾਂ ਨੇ ਜਾਨ ਤੋਂ ਮਾਰ ਦੇਣਾ ਸੀਗਾ। ਉੱਚੀ ਉੱਚੀ ਬੋਲ ਵੀ ਰਹੇ ਸੀਗੇ, ਅੱਜ ਤੇਰਾ ਕੰਮ ਹੀ ਮੁਕਾ ਦੇਣਾ, ਤੂੰ ਇਲੈਕਸ਼ਨ ਸਾਡੇ ਸਾਹਮਣੇ ਲੜਨ ਦੀ ਹਿੰਮਤ ਕਿੱਦਾਂ ਕੀਤੀ? ਪੰਚਾਇਤ ਪੈਂਦੀ ਹੈ ਸ਼ਾਂਤੀ ਵਿਹਾਰ, ਮਹੱਲਾ ਪ੍ਰੀਤਮ ਵਿਹਾਰ। ਅਸੀਂ ਗੋਬਿੰਦ ਨਗਰ ਡੋਰ ਬਾਈ ਡੋਰ ਕਰ ਰਹੇ ਸੀ, ਇੱਕ ਅਮਨ ਨਾਮ ਦਾ ਵਿਅਕਤੀ ਆਇਆ ਇੱਥੇ, ਉਹ ਲੋਕਾਂ ਦੇ ਵਿੱਚ ਘਰੇ ਵੜਿਆ ਲੋਕਾਂ ਦੇ ਜ਼ਬਰਦਸਤੀ, ਅਤੇ ਆ ਕੇ ਲੋਕਾਂ ਨੂੰ ਕਹਿੰਦਾ ਜੇ ਵੋਟ ਉੱਧਰ ਪਾਈ ਆ ਤੁਹਾਨੂੰ ਮੈਂ, ਕਿਸੇ ਨੂੰ ਧਮਕਾਇਆ ਉਹਨੇ ਵੀ ਮੈਂ ਇੱਦਾਂ ਕਰ ਦੂੰ, ਮੈਂ ਬਹੁਤ ਕਰ ਦੂੰ, 40-45 ਬਾਹਰਲੇ ਵੰਡੇ ਸੀਗੇ ਆ, ਅਤੇ ਲੋਕਾਂ ਨਾਲ ਇਹ ਬੱਚਾ ਇੱਕ ਮੇਰਾ ਖਿਆਲ ਇਹਦੇ ਵੀ ਅੰਦਰ ਜਾ ਕੇ ਚੋਟ ਲੱਗੀ, ਅਤੇ ਨਾਲ ਇੱਕ ਲੇਡੀਜ਼ ਉਹਨਾਂ ਨੇ ਕੁੱਟੀ, ਅਤੇ ਉਹਦੇ ਕੱਪੜੇ ਕੁੱਪੜੇ ਉਹਨੇ ਜਦੋਂ ਵੋਟ ਨੂੰ ਕਿਹਾ, ਉਹਨੇ ਕਿਹਾ ਵੀ ਨਹੀਂ ਅਸੀਂ ਵੋਟ ਨਹੀਂ ਪਾਉਣੀ, ਅਸੀਂ ਮਾਲੇ ਦੇ ਪੱਕੇ ਬੰਦੇ, ਅਸੀਂ ਮਾਲੇ ਨੂੰ ਵੋਟ ਪਾਉਣੇ ਆ। ਜਦੋਂ ਉਹਨੇ ਇੰਨੀ ਗੱਲ ਕਹੀ, ਨਾਲ ਹੀ ਉਹਦੇ ਇੱਥੋਂ ਫੜ ਲਿਆ ਕੱਪੜੇ, ਅਤੇ ਨਾਲ ਹੀ ਉਹਦੇ ਕੱਪੜੇ ਕੁੱਪੜੇ ਫੜ ਕੇ ਨੇਲ ਨੂੰ ਕਾਫੀ ਲੱਗੇ, ਉਹਨੂੰ ਧੱਕਾ ਮੁੱਕੀ ਕੀਤੀ, ਉਹਦੇ ਕੋਲੇ ਮੁਹੱਲੇ ਦੇ ਹੋਰ ਖੜ੍ਹੇ ਸੀ ਬੰਦੇ, ਉਹਨਾਂ ਨੇ ਉਹਨੂੰ ਛਡਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਵੀ ਸੱਟਾਂ ਮਾਰੀਆਂ। ਉਹ 3 ਜਣੇ ਹੁਣ ਮੈਨੂੰ ਫੋਨ ਆਇਆ ਸੀ ਸਿਵਲ 'ਚ ਪਰਚੀ
ਤੇ ਜਦੋਂ ਮੈਨੂੰ ਇੱਥੋਂ ਫੋਨ ਗਿਆ ਮਹੱਲੇ ਚੋਂ ਤੇ ਨਾਲ ਹੀ ਮੈਂ ਮੌਕੇ ਤੇ ਪਹੁੰਚਿਆ। ਅਜੇ ਉਹਨਾਂ ਨੇ ਇੱਕ ਕਿਹਾ ਵੀ ਹੈ ਕਿ ਗੋਲੀ ਚੱਲੀ ਹੈ ਤੇ ਗੋਲੀ ਦਾ ਵੀ ਮਾਮਲਾ, ਉਹਨਾਂ ਨੇ ਇਹ ਕਿਹਾ ਵੀ ਸਿਕੰਦਰ ਸਾਡੇ ਤੇ ਹਥਿਆਰਾਂ ਨਾਲ ਹਮਲਾ ਕੀਤਾ, ਗੋਲੀ ਵਾਲੀ ਗੱਲ ਨਹੀਂ ਕੋਈ ਉਹਨਾਂ ਨੇ, ਘੱਟੋ ਘੱਟ 100 ਬੰਦੇ ਤੁਸੀਂ ਨਾਲ ਲੈ ਕੇ। ਹਾਂਜੀ, ਇੱਥੇ ਪੂਰਾ ਮਹੱਲਾ ਖੜਾ, ਕੋਈ ਬੰਦਾ ਹਥਿਆਰ, ਕੋਈ ਕਿਸੇ ਦਾ ਕਹਿ ਤਾਂ ਦਊਗਾ ਵੀ ਕੋਈ ਹਥਿਆਰ ਲੈ, ਕੋਈ ਗਵਾਹ ਤਾਂ ਹੋਏਗਾ ਜੀ ਵੀ ਕਿਸੇ ਦੇ ਸਾਹਮਣੇ ਕੋਈ ਹਥਿਆਰ ਲੈ ਕੇ ਆਇਆ। ਅਸੀਂ ਤਾਂ ਲੜਾਈ ਹੋਈ ਜਦੋਂ ਖਤਮ ਹੋ ਗਈ, ਸਾਰਾ ਕੁਝ ਹੋ ਗਿਆ ਸੀਗਾ, ਅਸੀਂ ਤਾਂ ਬਾਅਦ ਚ ਆ ਕੇ ਇੱਥੇ ਮਾਹੌਲ ਦੇਖਿਆ ਤੇ ਅਸੀਂ ਆ ਕੇ ਹਥਿਆਰ ਲੈ ਕੇ ਖਾਲੀ ਹੱਥ ਲਿਆ ਕੇ ਨਾਲ ਕੀ ਕਰਨੇ ਅਸੀਂ, ਤੇ ਨਾ ਅਸੀਂ ਕਿਹੜਾ ਗੁੰਡੇ ਆ ਵੀ ਅਸੀਂ ਹਥਿਆਰ ਲੈ ਕੇ ਚੱਲਦੇ ਹਾਂ। 10 ਸਾਲ ਤੋਂ ਅਸੀਂ ਇੱਥੇ ਲਗਾਤਾਰ ਸਰਪੰਚ ਹਾਂ, ਮੋਹਤਵਰ ਬੰਦੇ ਹਾਂ, ਮੈਂ ਚੇਅਰਮੈਨ ਹਾਂ, ਵਾਈਸ ਚੇਅਰਮੈਨ ਬਲਾਕ 2 ਤੋਂ, ਮਿਸਿਜ ਮੇਰੀ ਸਰਪੰਚ ਆ 10 ਸਾਲ ਤੋਂ, ਮੇਰੀ ਮਾਤਾ ਸਰਪੰਚ ਆ ਪਿਛਲੇ ਸਾਲ ਤੋਂ ਗੋਬਿੰਦ ਨਗਰ ਤੋਂ। ਮੈਂ ਤਾਂ ਆਪਦੀ ਮਾਤਾ ਜੀ ਦੀ ਕੰਪੇਨ ਕਰ ਰਿਹਾ ਸੀ ਗੋਬਿੰਦ ਨਗਰ ਦੇ ਵਿੱਚ, ਮੈਨੂੰ ਤਾਂ ਉੱਥੋਂ ਫੋਨ ਆਇਆ, ਉੱਥੇ ਕੈਮਰੇ ਦੇ ਵਿੱਚ ਸਾਡੀਆਂ ਰਿਕਾਰਡਿੰਗਾਂ ਵੀ ਹੋਣੀਆਂ ਨੇ ਜਿੱਥੇ ਅਸੀਂ ਖੜਦੇ। ਲੜਾਈ ਫਿਰ ਹੋਈ ਕਿਹਦੇ ਨਾਲ ਹੋਈ ਹੈ, ਕੋਈ ਉਹਦੇ ਲੜਾਈ ਦੱਸਿਆ ਹੋਵੇ ਕੁਝ? ਸਰ ਉਹਨੇ ਲੜਾਈ ਕੋਈ ਨਹੀਂ ਹੋਈ, ਪਤਾ ਨਹੀਂ ਕਿੱਧਰ ਕਿੱਧਰ ਆਪਣਾ ਕਹਿੰਦਾ ਸੀ ਝੁੰਡ ਬਣ ਕੇ ਆਏ ਸੀਗੇ ਤਾਂ ਠੀਕ ਹੈ, ਝੁੰਡ 'ਚ ਮੈਨੂੰ ਪਤਾ ਨਹੀਂ ਆਪਣਾ ਕਿਹੜੇ ਬੰਦੇ ਸੀਗੇ ਕਿਹੜੇ ਨਹੀਂ ਆਪਣਾ ਕਹਿੰਦਾ, ਮੈਨੂੰ ਮਿਲਿਆ ਮੈਂ ਨਾ ਚੰਗੀ ਤਰ੍ਹਾਂ ਫਾੜੀ ਸਾਰੇ ਕੁਝ ਬਣ ਰਹੇ ਆ। ਨਵੇਂ ਨਵੇਂ ਜਿਹੜੇ ਬਣ ਰਹੇ ਹੈਗੇ ਉਹਨਾਂ ਨੂੰ ਸਮਝ ਹੋਣੀ ਚਾਹੀਏ ਕਿ ਵੀ ਕੰਮ ਕਰੇ, ਕੋਈ ਮੁਹੱਲੇ 'ਚ ਜਾ ਕੇ ਪਹਿਲੇ ਕੰਮ ਕਰੇ ਫਿਰ ਨਾਮ ਦੱਸੇ ਆਪਣਾ ਕਿ ਵੀ ਮੇਰਾ ਨਾਮ ਇਹ ਹੈ। ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਹਸਨ ਅਲੀ।